ਅੱਲੈਕੁਮ ਜੀ ਮੇਰੇ ਵੀਰੋ ਭਰਾਵੋ ਫੁੱਲਾਂ ਵਾਲਿਓ ਕੀ ਹਾਲ ਹੈ ਠੀਕ ਹੋ ਤਕੜੇ ਹੋ ਜਿੰਦੇ ਹੋ ਜੀ ਅੱਜ ਮੈਂ ਆਪਣਾ ਵਲੌਗ ਤੁਹਾਨੂੰ ਮੈਂ ਬਣਾਇਆ ਇਸ ਕਰਕੇ ਵਲੌਗ ਬਣਾ ਰਿਹਾ ਕਿ ਤੁਹਾਨੂੰ ਇੱਕ ਅਹਿਮ ਇਨਫਾਰਮੇਸ਼ਨ ਦੇ ਰਿਹਾ ਬਹੁਤ ਜ਼ਿਆਦਾ ਅਹਿਮ ਇਨਫਾਰਮੇਸ਼ਨ ਤੇ ਯਾਰ ਮੈਂ ਆਪਣੀ ਗਾਵਾਂ ਵਾ ਡੇਰੇ ਤੇ ਕੋਈ ਇਸ ਤਰ੍ਹਾਂ ਦੇ ਗਾਵਾਂ ਵਾ ਸੀ ਇੱਧਰ ਡੇਰਾ ਵੀ ਰੱਖਿਆ ਹੋਇਆ ਡੇਰੇ ਤੇ ਆਪਣੀਆਂ ਕਾਫੀ ਗਾਵਾਂ ਵਾ ਤੇ گاਵਾ ਜਿਹੜੀ ਸਗੀ ਅੱਜ ਕੱਲ ਬਿਮਾਰੀ ਚੱਲੀ ਪੂਰੇ ਪਾਕਿਸਤਾਨ ਦੇ ਵਿੱਚ ਬਿਮਾਰੀ ਇਸ ਤਰ੍ਹਾਂ ਹੀ ਚੱਲੀ ਕਿ ਕਾਫੀ ਜਿਹੜਾ ਆਪਣੇ ਪਾਕਿਸਤਾਨ ਦੇ ਵਿੱਚ ਡੰਗਰ ਜਿਹੜੇ ਮਾਰ ਰਿਹਾ ਬਾਰ-ਬਾਰ ਪੂਰੇ ਪੂਰੇ ਕੰਟਰੀ ਦੇ ਵਿੱਚ ਇਹੀ ਹਾਲ ਆ ਤੇ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਕਿ ਜਿਹੜੀ ਆ ਗਾਂਵਾ ਸਾਡੀ ਦਾ ਕੀ ਸੂਰਤ ਹੈ ਹਾਲ ਕੀ ਹਾਲ ਹੈ ਇਹਦੇ ਇਹਦੇ ਆ ਚੈੱਕ ਕਰੋ ਤੇ ਪਹਿਲਾਂ ਤਾਂ ਇਹਦੇ ਚੈੱਕ ਕਰੋ ਸਾਰੇ ਦਾਣੇ ਨਿਕਲੇ ਹੋਏ ਠੀਕ ਹੈ ਨਾ ਇਹ ਦਾਣੇ ਨਿਕਲੇ ਇਹ ਹੁਣ ਕੰਟਰੋਲ ਹੋ ਗਈ ਆ ਇਸ ਇਹ ਤਕਰੀਬਨ 6 ਮਹੀਨੇ ਲੱਗੀ ਹੋਈ ਸੀ ਤਕਰੀਬਨ 6ਵੇਂ ਮਹੀਨੇ ਅਪਰੋਕਸੀਮੇਟਲੀ ਇੰਨੇ ਲੱਗੀ ਹੋਈ ਸੀਗੀ ਇਹ ਬਿਮਾਰੀ ਦੀ وجہ ਤੋਂ ਇਹਦਾ ਬੱਚਾ ਜਿਹੜਾ ਵਾ ਨਾ ਬੱਚਾ ਸਾਰਾ ਇਹਦਾ ਖਰਾਬ ਹੋ ਗਿਆ ਹੁਣੀ ਇਹਨੇ ਸੂਈ ਹੈ ਤੇ ਇਹਦਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਤੇ ਮੈਂ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਇਦਾਂ ਦਾ ਬੱਚਾ ਦੇਖਿਆ ਵਾ ਕਿ ਯਾਰ ਅਫਸੋਸ ਨਾ ਆ ਗਏ ਬਹੁਤ ਜ਼ਿਆਦਾ ਮੈਨੂੰ ਦੁੱਖ ਹੋਇਆ ਵਾ ਕਿ ਇੰਨਾ ਨੁਕਸਾਨ ਸਾਡਾ ਗਰੀਬਾਂ ਦਾ ਤੂੰ ਕਿਥੋਂ ਬੰਦਾ ਕਰੇ ਇੰਨਾ ਇੰਨੇ ਜ਼ਿਆਦਾ ਇੱਕ ਗਾਂ ਆਪਣਾ ਫਲ ਸਿੱਟ ਜੂਵੇ ਤੁਹਾਨੂੰ ਮੈਂ ਬੱਚਾ ਦਿਖਾਉਣਾ ਦੇਖੋ ਬਾਬਾ ਜੀ ਇਹ ਦੇਖੋ ਇਹ ਗਾਂ ਦੇਖੀ ਨਹੀਂ ਐ ਬੱਚਾ गिर ਗਿਆ ਇਹ ਦੇਖੋ ਜੀ ਇਹ ਕੁਛ ਮਾਂ ਦਾ ਸੀਗਾ ਤੇ ਇਹ ਗਿਰ ਗਿਆ ਕਿੰਨੇ ਪਤਾ ਨਹੀਂ ਕਿੰਨੇ ਮਹੀਨੇ ਬਾਦੋਂ ਗਾਂ ਸੁੰਦੀ ਆ ਇਹ ਪਹਿਲੀ ਜਿਹੜਾ ਨਾ ਗਿਰ ਗਿਆ ਤੇ ਆ ਦੇਖੋ ਇਹਦੀ ਬਿਮਾਰੀ ਦੀ ਵਜ੍ਹਾ ਤੋਂ ਵਿਚਾਰੀ ਬਿਮਾਰੀ ਦੀ ਵਜ੍ਹਾ ਤੋਂ ਬਿਮਾਰੀ ਨੇ ਇੰਨਾ ਡਿਸਟਰਬ ਕੀਤਾ ਤੇ ਆ ਦੇਖੋ ਇਹਦਾ ਹਾਂ ਵਿਚਾਰੀ ਦਾ ਬਹੁਤ ਪਿਆਰਾ ਜ਼ੁਲਮ ਹੋਇਆ ਬਾਬੂ ਜੀ ਕੀ ਹੋਇਆ ਵਾ ਕਿਹਣੀ ਹੋਇਆ ਕੋਈ ਮਰ ਕੀ ਕਿਹੜੀ ਵਜ੍ਹਾ ਤੋਂ ਹੋਇਆ ਬਿਮਾਰੀ ਵਈਚ ਬਿਮਾਰੀ ਦੀ ਵਜ੍ਹਾ ਤੋਂ ਕਿਉਂ ਹੋ ਗਿਆ ਬਿਮਾਰੀ ਦੀ ਵਜ੍ਹਾ ਤੋਂ ਯਾਰ ਹਾਂ ਮੈਨੂੰ ਪਤਾ ਬਾਰਿਸ਼ ਵਾਚਾ ਹੈ ਅੱਛਾ ਠੀਕ ਹੈ ਜੀ ਬਾਬਾ ਜੀ ਵੀ ਕਹਿ ਰਹੇ ਆ ਕਿ ਬਿਮਾਰੀ ਦੀ ਵਜ੍ਹਾ ਤੋਂ ਨੁਕਸਾਨ ਐਡਾ ਹੋ ਗਿਆ ਸਾਡਾ ਨੁਕਸਾਨ ਬਹੁਤ ਵੱਡਾ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਸੀਂ ਵੀ ਆਪਣਾ ਡੇਰਾ ਵਾ ਬਾਬਾ ਜੀ ਇੱਥੇ ਹੁੰਦੇ ਆ ਇਹਨਾਂ ਦੀ ਸਾਮ ਕਰਦੇ ਆ ਹੁਣ ਇਹ ਬੱਕਰੀਆਂ ਲੈ ਕੇ ਆਏ ਆ ਤੇ ਦੇਖੋ ਜੀ ਅੱਜ ਇਹ ਵੀ ਸਾਡਾ ਨੁਕਸਾਨ ਹੋ ਗਿਆ ਚਲੋ ਅੱਲਾਹ ਅੱਲਾਹ ਦੇ ਸਬੂਤ ਹੁਣ ਅੱਲਾਹ ਦੇ ਕੰਮ ਆ ਇਹ ਜੀ ਕੀ ਕਰ ਸਕਦੇ ਬਿਮਾਰੀ ਹੁਣ ਪੂਰੇ ਪਾਕਿਸਤਾਨ ਚ ਆਈ ਹੋਈ ਆ ਤੁਹਾਨੂੰ ਵੀ ਪਤਾ ਵਾ ਠੀਕ ਹੈ ਜੀ ਵੀਵਰਜ਼ ਕਿ ਸਾਨੂੰ ਵੀ ਦੱਸੋ ਅਸੀਂ ਵੀ ਇਹ ਇਹਨਾਂ ਦਾ ਇਲਾਜ ਲੂਜ ਦੱਸੋ ਕੋਈ ਡਾਕਟਰ ਦੋਸਤ ਬਾਬ ਤੇ ਸਾਡੀਆਂ ਜਿੰਨੀਆਂ ਵੀ ਚਾਰ ਪੰਜ ਗਾਵਾਂ ਇਦਾਂ ਟੋਟਲੀ ਜਿਹੜੀਆਂ ਆਪਣੇ ਚੱਕ ਦੇ ਵਿੱਚ ਬੜਾ ਅਫਸੋਸ ਹੋ ਰਿਹਾ ਆਪਣੇ ਚੱਕ ਦੇ ਵਿੱਚ ਕਾਫੀ ਡੰਗਰ ਮਾਰੇ ਵਿਚਾਰੀ ਗਰੀਬ ਦੋਸਤ ਬਾਬ ਦੇ ਜਿੰਨੇ ਵੀ ਗਏ ਨਾ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਵਾ ਤੇ ਆ ਦੇਖੋ ਗਾਂ ਦਾ ਵਿਚਾਰੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਕਾਲੀ ਕਿੱਥੇ ਆ ਜੀ ਉਧਰ ਬਣੀ ਹੈ ਉਹ ਨਹੀਂ ਹੋਈ ਉਧਰ ਬਣੀ ਹੈ ਆਪਾਂ ਤੁਸੀਂ ਜੀ ਦੂਸਰੀ ਗਾਂ ਵੀ ਅੱਜ ਮੈਂ ਡੇਰੇ ਤੇ ਆਂ ਕਾਫੀ ਤੋਂ ਪਤਾ ਨਾ ਪੜ੍ਹਾਈ ਕਰਦੇ ਹੁੰਦੇ ਆ ਡੇਰੇ ਤੇ ਆਏ ਆ ਆਪਣਾ ਅੱਜ ਸਾਰਾ ਡੇਰਾ ਵਾ ਤੇ ਆ ਦੇਖੋ ਨਾ ਹੁਣ ਤੁਸੀਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਨਜ਼ਦੀਕ ਕਰਕੇ ਦਿਖਾ ਦਉਣਾ ਬੱਚਾ ਇਹ ਪਹਿਲਾਂ ਹੀ ਬੱਚਾ ਦਾ गिर ਗਿਆ ਹੋਏ ਹੋਏ ਠੀਕ ਹੈ ਜੀ ਤੁਸੀਂ ਕਮੈਂਟ ਦੇ ਵਿੱਚ ਲਾਜ਼ਮੀ ਭਰਾਂ ਦੱਸੋ ਸਾਡਾ ਇਨਾ ਨੁਕਸਾਨ ਹੋ ਗਿਆ ਤੇ ਅੱਗੇ ਵੀ ਇੱਕ ਦੋ ਗਾਂ ਇਦਾਂ ਗਈਆਂ ਡੇਰੇ ਤੇ ਚਲੋ ਠੀਕ ਹੈ ਜੀ ਠੀਕ ਹੈ ਮੈਂ ਜਾਂ ਠੀਕ ਹੈ ਠੀਕ ਹੈ ਦੇਖੋ ਜੀ ਬਹੁਤ ਜ਼ਿਆਦਾ ਇਹ ਬਿਮਾਰੀ ਨੇ ਸਾਨੂੰ ਆਪਣੇ ਕਿਸਾਨਾਂ ਨੂੰ ਬਹੁਤ ਡਿਸਾਲਟ ਕੀਤਾ ਕਿ ਹੁਣ ਅਸੀਂ ਕਿੱਥੋਂ ਅਫੋਰਡ ਕਰੀਏ ਇਨਾ ਪਹਿਲਾਂ ਇਹਨਾਂ ਨੂੰ ਉਹ ਚਾਰਾ ਨਾ ਦਾ ਮੁੱਲ ਲੈਣਾ ਫੇਰ ਉਹ ਇਹ ਨਹੀਂ ਬਾਰੇ ਨਹੀਂ ਹੈਗਾ ਹੁਣ ਦੇਖੋ ਇਹ ਵੀ ਇਹ ਬਿਮਾਰੀ ਦੇ ਇੰਨੇ ਕੋ ਸਾਈਡ ਇਫੈਕਟ ਆ ਦੇ ਬਿਮਾਰੀ ਨੇ ਕੀ ਕਰਤਾ ਸਾਡੇ ਬੱਚੇ ਸਾ ਗਿਰ ਗਿਆ ਬਚਰਾ ਇਹ ਟਾਈਮ ਤੇ ਪਹਿਲੇ ਟਾਈਮ ਤੋਂ ਪਹਿਲਾਂ ਹੀ ਇਹ ਸੁਪਈਏ ਸਗਾ ਤੇ ਤੂ ਗਈ ਆ ਪਤਾ ਨਹੀਂ ਹੁਣ ਮੈਨੂੰ ਇਲਮ ਨਹੀਂ ਹੈ ਚਲੋ ਭਰਾਵੋ ਕੋ ਪਤਾ ਕਰਦੇ ਹੁਮਾਰ ਭਾਈ ਉਮਰ ਹਾਂਜੀ ਕਾਫੀ ਨੁਕਸਾਨ ਹੋ ਗਿਆ ਯਾਰ ਹੁਣ ਚਲੋ ਦੁਆ ਕਰੋ ਪੂਰੇ ਪਾਕਿਸਤਾਨ ਦੇ ਵਿੱਚ ਆਪਣੇ ਹੀ ਹਾਲ ਚੱਲਦਾ ਪਿਆ ਵਾ ਕਿ ਯਾਰ ਇਹ ਡਾਕਟਰਾਂ ਵਾਸਤੇ ਸਾਡੇ ਨੂੰ ਵੀਡੀਓ ਨੂੰ ਦੱਸੋ ਡਾਕਟਰ ਕੀ ਹਿਸਾਬ ਕਿਤਾਬ ਹੈ ਦਾ ਇਹ ਕਿਦਾਂ ਮਤਲਬ ਸਹੀ ਹੋਊਗੇ ਦੇਖੋ